ਰਤਨ ਲਾਲ ਪਿੰਡ ਪੰਮਣ ਦਾ ਸਾਬਕਾ ਸਰਪੰਚ ਹਾਂ, ਮੌਜੂਦਾ ਨੰਬਰਦਾਰ ਹਾਂ। ਮੈਂ 2 ਵਾਰਾਂ ਪਿੰਡ ਦਾ ਸਰਪੰਚ ਬਣਿਆ। ਮੈਂ ਨਗਰ ਦਾ ਧੰਨਵਾਦ ਕਰਦਾ। ਪਹਿਲੀ ਵਾਰਾਂ ਤਾਂ ਮੈਨੂੰ ਨਗਰ ਨੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੀ ਸੀ, ਪਰ ਮੈਂ ਮੇਰੇ ਕੋਲ ਚੰਗੇ ਵਤੀਰੇ ਦਾ ਕਰਕੇ ਮੈਨੂੰ ਦੂਸਰੀ ਦਫਾ ਫਿਰ ਮੌਕਾ ਦਿੱਤਾ ਕਿ ਸਰ ਮਤਲਬ ਸਰਪੰਚ ਬਣਦਾ। ਮੈਂ ਨਗਰ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਸਰਪੰਚੀ ਆਪਣੀ ਮਰਜ਼ੀ ਨਾਲ ਹੀ ਛੱਡੀ, ਕਿਉਂਕਿ ਸਰੀਰ ਫਿਰਤ ਹੋ ਗਿਆ ਸੀ ਅਤੇ ਮੈਂ ਸਰਪੰਚੀ ਛੱਡੀ। ਮੇਰੇ ਮੁਕਾਬਲੇ 'ਤੇ ਨਾ ਹੀ ਕਿਸੇ ਨੇ ਕੋਸ਼ਿਸ਼ ਕੀਤੀ ਵੀ ਇਹਨੂੰ ਲਾਈਏ, ਨਾ ਹੀ ਕਿਸੇ ਨੇ ਮੇਰੇ ਕੋਲ ਸਰਪੰਚੀ ਖੋਲਿਆ। ਮੈਂ ਆਪਣੀ ਸਰਪੰਚੀ ਦੇ ਵੇਲੇ ਸਾਡਾ ਜਿਹੜਾ ਪਿੰਡ ਸੀ ਨਾ, ਇਹਦਾ ਇੱਕੋ ਹੀ ਮਾਲਕ ਸੀਗਾ। ਸ਼ਾਮਲਾਟ ਜ਼ਮੀਨ ਸਾਡੇ ਪਿੰਡ ਵਿੱਚ ਨਹੀਂ ਹੈਗੀ, ਸਿਰਫ 6 ਕਨਾਲ ਜ਼ਮੀਨ ਆ। ਉਹ 20-25 ਹਜ਼ਾਰ ਰੁਪਇਆ ਠੇਕੇ 'ਤੇ ਚੜ੍ਹਦੀ, ਉਹਦਾ ਕੋਈ ਪਾਣੀ ਨਹੀਂ, ਕੋਈ ਆਮਦਨ ਨਹੀਂ ਜਾਣੀ। ਮੈਂ ਸਰਕਾਰ ਕੋਲੋਂ, ਮੰਤਰੀ ਸਾਹਿਬ ਕੋਲੋਂ ਗਰਾਂਟਾਂ ਲਿਆ ਕੇ ਛੱਪੜ ਡੂੰਘਾ ਕਰਾਇਆ। ਪਿੰਡ ਦਾ ਜਿਹੜਾ ਸਕੂਲ ਸੀ ਉਹ ਪਿੰਡ ਤੋਂ ਬਾਹਰ ਜਾਂਦਾ ਸੀਗਾ ਦੂਰ, ਬਰਸਾਤਾਂ ਦੇ ਦਿਨਾਂ ਦੇ ਵਿੱਚ ਉੱਥੇ ਇੱਕ ਬੱਚਾ ਵੀ ਸਾਡਾ ਡੁੱਬ ਕੇ ਮਰ ਗਿਆ ਸੀ। ਫਿਰ ਉਹ ਛੱਪੜ ਜਿਹੜਾ ਸਕੂਲ ਸੀ ਉੱਥੋਂ ਚੁੱਕ ਕੇ ਸਿੱਖਿਆ ਮੰਤਰੀ ਜੀ ਨੂੰ ਪਿੰਡ ਬੁਲਾਇਆ ਅਤੇ ਬੁਲਾ ਕੇ ਅਤੇ ਉਹ ਸਕੂਲ ਜਿਹੜਾ ਉਹ ਪਿੰਡ ਵਿੱਚ ਸ਼ਿਫਟ ਕੀਤਾ। ਉਹਨਾਂ ਨੇ ਪੈਸੇ ਦਿੱਤੇ ਸਾਨੂੰ, ਉਹ ਸਕੂਲ ਹੁਣ ਵੀ ਪਿੰਡ ਵਿੱਚ ਮੌਜੂਦ ਆ। ਗਰੀਬ ਲੋਕਾਂ ਦੇ ਬੱਚੇ ਜਿਹੜੇ ਸੀ ਉਹ ਸਰਕਾਰੀ ਸਕੂਲ 'ਚ ਪੜ੍ਹਦੇ ਆ, ਜਿਹੜੇ ਅਮੀਰ ਲੋਕਾਂ ਦੇ ਬੱਚੇ ਆ, ਸਰਦੇ ਲੋਕਾਂ ਦੇ ਬੱਚੇ ਆ, ਉਹ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਰਿਵਾਜ਼ ਹੀ ਆ, ਦੂਜਿਆਂ ਸਕੂਲਾਂ ਵਿੱਚ ਜਾਂਦੇ ਆ, ਪ੍ਰਾਈਵੇਟ ਸਕੂਲਾਂ ਵਿੱਚ ਜਾਂਦੇ ਆ। ਇਸ ਕਰਕੇ ਛੱਪੜ ਡੂੰਘਾ ਕਰਾਇਆ, ਪਿਰਨੀ ਦੀ ਰਿਪੇਅਰ ਕਰਾਈ, ਗਲੀਆਂ ਨਾਲੀਆਂ ਦੀ ਰਿਪੇਅਰ ਕਰਾਉਂਦਾ ਰਿਹਾ। ਕਹਿਣੀ ਚਲੋ ਮੈਨੂੰ ਬਹੁਤੇ ਹੁਣ ਕੰਮ ਯਾਦ ਨਹੀਂ, ਮੈਨੂੰ ਛੱਡੇ ਨੂੰ ਵੀ 7-8 ਸਾਲ ਹੋ ਗਏ ਆ। ਕਹਿਣਾ ਚਾਹੁੰਦਾ ਕਿ ਜ਼ਿਮੀਂਦਾਰ ਦਾ ਜਿਹੜਾ ਮੰਡੀ ਕਰਨਾ ਇਹ ਸਹੀ ਤਰੀਕੇ ਨਾਲ ਹੋਣਾ ਚਾਹੀਦਾ। ਕਣਕ ਦਾ ਜਿਹੜਾ ਰੇਟ ਸਾਨੂੰ ਬਹੁਤ ਘੱਟ ਮਿਲਦਾ, ਮੱਕੀ ਦਾ ਵੀ ਜਿਹੜਾ ਫਿਕਸ ਰੇਟ ਹੋਣਾ ਚਾਹੀਦਾ। ਜੇ ਗਾਹਕ ਹੋ ਜਾਵੇ ਤਾਂ ਚਾਰ ਮਤਲਬ ਖੜ ਜਾਵੇ ਤਾਂ 4 ਪੈਸੇ ਸਾਡੇ ਵੱਟੇ ਜਾਂਦੇ ਆ, ਨਹੀਂ ਤਾਂ ਸਾਨੂੰ ਆਲੂ ਦੇ ਸਾਡੇ ਪੱਲੇ ਕੁਛ ਨਹੀਂ ਪਏ। ਪਿਛਲੇ 2 ਸਾਲ ਤੋਂ ਆਲੂ ਦਾ ਬਹੁਤ ਮੰਦਾ ਰਿਹਾ, ਲੋਕ ਜ਼ਿਮੀਂਦਾਰ ਆਲੂ ਬੀਜਣਾ ਛੱਡ ਗਏ। ਜੇ ਸਬਜ਼ੀ ਲਾਈ ਦੀ ਆ ਉਹ ਵੀ ਜੇ ਤਾਂ ਮੰਡੀ 'ਚ ਗਾਹਕ ਹੋਇਆ ਤਾਂ ਸਾਨੂੰ 4 ਪੈਸੇ ਮਿਲ ਜਾਂਦੇ ਆ, ਨਹੀਂ ਤਾਂ ਲਿਆ ਕੇ ਰੋਡ ਦੇ ਉੱਤੇ ਖਤਾਨਾਂ ਵਿੱਚ ਇਹ ਸਾਨੂੰ ਸਿੱਟਣੀ ਪੈਂਦੀ ਆ। ਇਹ ਅਸੀਂ ਹੱਥੀਂ ਕੰਮ ਕਰਦੇ ਹਾਂ, ਸਾਡੇ ਨਾਲ ਇਹ ਬੀਜਦੀ ਆ। ਅਤੇ ਕਿਉਂਕਿ ਜਿਹੜੀ ਸਬਜ਼ੀ ਦਾ ਵੀ ਫਿਕਸ ਰੇਟ ਹੋਣਾ ਚਾਹੀਦਾ, ਜ਼ਿਮੀਂਦਾਰ ਨੂੰ ਵਾਰਾ ਖਾਂਦੀ ਤਾਂ ਬੀਜੇ, ਨਹੀਂ ਵਾਰਾ ਖਾਂਦੀ ਖਾਂਦੀ। ਇਸ ਕਰਕੇ ਸਰਕਾਰ ਦੀ ਜਿਹੜੀ ਆ ਇਹ, ਚਲੋ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕਿਸੇ ਸਰਕਾਰ ਨੂੰ ਮੈਂ ਗਲਤ ਨਹੀਂ ਕਹਿੰਦਾ ਵੀ ਆਹ ਸਰਕਾਰ ਨੇ ਆਹ ਕੰਮ ਨਹੀਂ ਕੀਤਾ। ਸਰਕਾਰਾਂ ਬਦਲਣੀਆਂ ਵੀ ਚਾਹੀਦੀਆਂ ਵਾ, ਬਦਲਦੀਆਂ ਵਾ, ਪਰ ਮੰਡੀਕਰਨ ਜਿਹੜਾ ਸਬਜ਼ੀ ਵਗੈਰਾ ਦਾ, ਮੱਕੀ ਦਾ, ਇਹ ਨਹੀਂ ਸਹੀ। ਸਾਡਾ ਨਾਨਕ ਨਾ ਜਿਹੜਾ ਇਲਾਕਾ ਇਹ ਭਾਗਾਂ ਵਾਲਾ ਇਲਾਕਾ ਵਾ। ਜੇ ਇਸ ਧਰਤੀ ਦੇ ਉੱਤੇ ਬਾਬੇ ਨਾਨਕ ਨੇ 14 ਸਾਲ 9 ਮਹੀਨੇ 13 ਦਿਨ ਇੱਥੇ ਸਭ ਤੋਂ ਜ਼ਿਆਦਾ ਕਮਾ ਕੇ ਜ਼ਿੰਦਗੀ ਦੇ ਗੁਜ਼ਾਰੇ। ਉਹਨਾਂ ਦੀ ਭੈਣ ਬੇਬੇ ਨਾਨਕੀ ਜੀ ਸੁਲਤਾਨਪੁਰ ਵਿਆਹੇ ਹੋਏ ਸੀ, ਉਹਨਾਂ ਦੇ ਜ਼ਰੀਏ ਹੀ ਬਾਬਾ ਨਾਨਕ ਜਿਹੜਾ ਸੀਗਾ ਉਹ ਇੱਥੇ ਸੁਲਤਾਨਪੁਰ ਦੀ ਧਰਤੀ 'ਤੇ ਆਏ। ਆਣ ਕੇ ਮੋਦੀਖਾਨੇ ਦੇ ਵਿੱਚ ਨੌਕਰੀ ਕੀਤੀ। ਅੱਜ ਵਰਲਡ ਦੇ ਵਿੱਚ ਸਾਡਾ ਸੁਲਤਾਨਪੁਰ ਜਿਹੜਾ ਹੈਗਾ ਉਹ ਆ ਗਿਆ ਹੈ। ਵਰਲਡ ਦੇ ਵਿੱਚ ਅੱਗੇ ਕੋਈ ਸੁਲਤਾਨਪੁਰ ਨੂੰ ਜਾਣਦਾ ਨਹੀਂ ਸੀ। ਦੂਰ ਦੂਰ ਤੋਂ ਆਣ ਕੇ ਨਤਮਸਤਕ ਹੁੰਦੇ ਆ। ਸਵੇਰੇ 4 ਵਜੇ ਤੁਸੀਂ ਆਓ ਵੇਖ ਸਕਦੇ, 4 ਵਜੇ ਆਣ ਕੇ ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਤੜਕੇ। ਮੈਂ ਵੀ 5-4 ਸਾਲ ਤੋਂ ਇੱਥੇ ਸੰਤ ਬਾਬਾ ਹਰਖਵਾਲ ਜੀ ਹੈਗੇ ਸਾਡੇ ਸੁਲਤਾਨਪੁਰ 'ਚ, ਉਹਨਾਂ ਦੀ ਪ੍ਰੇਰਨਾ ਸਦਕਾ ਮੈਨੂੰ ਵੀ ਇੱਕ ਰੂਟੀਨ ਬਣਿਆ ਆ। ਮੈਂ ਔਰ ਮੇਰੇ ਪਰਿਵਾਰ ਨੇ ਫਿਰ ਸਾਹਿਬ ਰੋਜ਼ਾਨਾ ਜਾਣ ਦੀ ਕੋਸ਼ਿਸ਼ ਕਰਨੀ, ਕੋਈ ਜ਼ਿਮੀਂਦਾਰੀ 'ਚ ਕੰਮ ਪੈ ਜਾਵੇ ਤਾਂ ਬਾਬਾ ਨਾ ਜਾਈਏ। ਮੈਂ ਅੱਜ ਵੀ ਜਾ ਕੇ ਆਇਆ ਸਵੇਰੇ ਤੜਕੇ ਜਾਇਦਾ। ਸਾਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੇਰੇ ਕੋਲ ਲਾਇਸੈਂਸ ਬਣਿਆ ਹੋਇਆ ਵਾ। ਅੱਜ ਉਹਨਾਂ ਦਾ ਦਿਨ ਜਿਹੜਾ ਵਾ ਵਰਲਡ ਦੇ ਹਿਸਾਬ ਨਾਲ ਮਨਾਇਆ ਜਾ ਰਿਹਾ ਵਾ। ਸੈਂਟਰ ਗੌਰਮੈਂਟ ਵੀ ਬਹੁਤ ਜ਼ਿਆਦਾ ਉਤਸ਼ਾਹ ਕਰ ਰਹੀ ਆ, ਪੰਜਾਬ ਗੌਰਮੈਂਟ ਸ਼੍ਰੋਮਣੀ ਕਮੇਟੀ ਦਾ ਵੀ ਬਹੁਤ ਸਹਿਯੋਗ ਆ। ਸੈਂਟਰ ਦੀ ਬੀਬੀ ਸਿਮਰਜੀਤ ਕੌਰ ਜੀ ਹਰ ਹਫ਼ਤੇ ਸੁਲਤਾਨਪੁਰ ਆਉਂਦੇ ਆ। ਸਾਡੇ ਸਟੇਸ਼ਨ ਦਾ ਵਿਕਾਸ ਹੋਇਆ ਔਰ ਬਹੁਤ ਚੀਜ਼ਾਂ ਇੱਥੇ ਬਣੀਆਂ ਵਾ। ਵਧਾਈ ਦੇ ਮੈਂ ਕਹੂੰਗਾ ਵੀ ਇਹ ਸਾਡੀ ਸਰਕਾਰ, ਸਾਡੇ ਲੋਕ, ਸਾਡੇ ਮੁਲਾਜ਼ਮ ਜਿਹੜੇ ਆ ਇਹ ਵਧਾਈ ਦੇ ਪਾਤਰ ਆ, ਜਿਨ੍ਹਾਂ ਨੂੰ ਇਹੋ ਜਿਹਾ ਖੁਸ਼ੀ ਦਾ ਮੌਕਾ ਮਿਲਿਆ ਸੁਲਤਾਨਪੁਰ ਦੇ ਵਿੱਚ।